ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 6 ਮਹੀਨੇ ਹੋਣ ਜਾ ਰਹੇ ਨੇ ਜੋ ਕਿ ਦਿੱਲੀ ਦੇ 4 ਸਫੇਰੇ ਕਿਸਾਨਾਂ ਵੱਲੋਂ ਧਰਨੇ ਲਾ ਕੇ ਬੈਠੇ ਹੋਏ ਹਾਂ, ਔਰ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਬਣੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਅਤੇ MSP ਲਾਗੂ ਕਰਾਉਣ ਲਈ। ਲੇਕਿਨ ਇਸ ਟਾਈਮ 'ਤੇ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਸਿਖਰ 'ਤੇ ਪਹੁੰਚਿਆ ਹੋਇਆ, ਪਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ BJP ਹੋਵੇ, ਚਾਹੇ ਕਾਂਗਰਸ ਹੋਵੇ ਅਤੇ ਚਾਹੇ ਹੁਣ ਅਕਾਲੀ, ਇਹ ਸਾਰੇ ਇੱਕੇ ਥੈਲੀ ਦੇ ਚੱਟੇ ਬੱਟੇ ਨੇ। ਜਿਸ ਦਾ ਸਬੂਤ ਇਹ ਹੈ ਕਿ ਅੱਜ ਪੰਜਾਬ ਸਰਕਾਰ ਦੇ ਮੰਤਰੀ ਉਹ ਇਹ ਗੱਲ ਕਹਿ ਰਹੇ ਨੇ, ਜਿਸ ਤਰ੍ਹਾਂ ਹਰਿਆਣੇ ਦਾ ਮੁੱਖ ਮੰਤਰੀ ਤੋਮਰ ਇਹ ਗੱਲ ਕਹਿ ਰਿਹਾ ਕਿ ਜਿਹੜੇ ਉੱਥੇ ਕਿਸਾਨ ਨੇ ਅੰਦੋਲਨ ਬੈਠੇ ਨੇ ਉਹ ਪਿੰਡਾਂ 'ਚ ਆ ਰਹੇ ਨੇ ਅਤੇ ਉਹਨਾਂ ਦੇ ਕਾਰਨ ਜਿਹੜਾ ਇਹ ਕਰੋਨਾ ਫੈਲ ਰਿਹਾ। ਇਹੀ ਬੋਲੀ ਹੁਣ ਪੰਜਾਬ ਦੇ ਮੰਤਰੀਆਂ ਨੇ ਬੋਲਣੀ ਸ਼ੁਰੂ ਕਰਤੀ ਆ, ਜਿਵੇਂ ਕਿ ਤ੍ਰਿਪਤ ਰਿੰਦਰ ਬਾਜਵਾ ਜੀ ਉਹ ਬੋਲੇ ਨੇ ਕਿ ਜਿਹੜੇ ਉੱਥੋਂ ਧਰਨਿਆਂ ਤੋਂ ਕਿਸਾਨ ਆ ਰਹੇ ਨੇ ਉਹਨਾਂ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਉਹ ਕਰੋਨਾ ਹੋ ਰਿਹਾ। ਮੈਂ ਬਾਜਵਾ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਆ ਜਾਓ ਇੱਥੇ, ਚੈਲੰਜ ਆ ਤੁਹਾਨੂੰ, ਅਤੇ ਡਾਕਟਰ ਲੈ ਆਓ ਨਾਲ, ਕਿਸੇ ਇੱਕ ਵੀ ਬੰਦੇ ਨੂੰ ਕਰੋਨਾ ਤੁਸੀਂ ਕੱਢ ਕੇ ਵਿਖਾਓ। ਤੁਸੀਂ ਸਾਨੂੰ ਬਦਨਾਮ ਕਰਨ ਵਾਸਤੇ ਹੁਣ ਤੱਕ ਤਾਂ ਕਹਿੰਦੇ ਰਹੇ ਕਿ ਅਸੀਂ ਕਿਸਾਨਾਂ ਦੇ ਨਾਲ ਹੈ, ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਕਿਸੇ ਵੀ ਕਿਸਮ ਦੀ ਅਸੀਂ ਜਿਹੜੀ ਆ ਉਹ ਕਿਸਾਨਾਂ ਨੂੰ ਜਿਹੜੀ ਆ ਦੁੱਖ ਤਕਲੀਫ ਨਹੀਂ ਆਉਣ ਦੇਵਾਂਗੇ, ਅਤੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਕੇਂਦਰ ਦੀ ਬੋਲੀ, ਮੋਦੀ ਦੀ ਬੋਲੀ ਸ਼ੁਰੂ ਕਰ ਬੋਲੀ ਚੱਲੀ ਆ ਉਹ ਸ਼ੁਰੂ ਕਰ ਦਿੱਤੀ ਆ। ਆ ਕੇ ਇੱਥੇ ਚੈਲੰਜ ਆ ਤੁਹਾਨੂੰ ਵੀ ਆ ਕੇ ਚੈੱਕ ਕਰੋ, ਅਤੇ ਨਹੀਂ ਤਾਂ ਇਹ ਬੋਲੀ ਜਿਹੜੀ ਆ ਬੰਦ, ਇਹ ਬੋਲੀ ਬੰਦ ਕਰ ਦਿਓ, ਕਿਸਾਨਾਂ ਨੂੰ ਬਦਨਾਮ ਨਾ ਕਰੋ। ਤੁਹਾਡਾ ਆਉਣ ਵਾਲਾ ਭਵਿੱਖ, ਤੁਸੀਂ ਲੜਾਈ ਆਪਣੀ ਲੜੋ, ਜਿਹੜੀ ਕਿ ਤੁਹਾਡੀ ਹੁਣ ਲੜੀ ਜਾ ਰਹੀ ਆ। ਜਿਹੜੀ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਦੋਖੀ ਨੇ ਉਹਨਾਂ ਲੋਕਾਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਹੱਥ 'ਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਾਂਗੇ, ਮਹੀਨੇ ਰਹਿ ਗਏ 6, ਨਾ ਤੁਸੀਂ ਨਸ਼ਾ ਖਤਮ ਕੀਤਾ, ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਵਾਈਆਂ, ਅਤੇ ਆਪਸ ਵਿੱਚ ਤੁਹਾਡਾ ਹੁਣ ਜਿਹੜਾ ਉਹ ਕਲੇਸ਼ ਸ਼ੁਰੂ ਹੋ ਗਿਆ, ਅਤੇ ਲੋਕਾਂ ਦਾ ਧਿਆਨ ਅਸਲ ਪਾਸੇ ਤੋਂ ਹਟਾ ਕੇ ਅਤੇ ਕਿਸਾਨਾਂ ਵੱਲ ਜਿਹੜਾ ਤੁਸੀਂ ਕਰਤਾ, ਇਹ ਤੁਹਾਡੇ ਵਾਸਤੇ ਠੀਕ ਨਹੀਂ। ਕਿਸਾਨ ਦ੍ਰਿੜ ਇਰਾਦੇ ਨਾਲ ਬੈਠੇ ਨੇ, ਔਰ ਸਾਨੂੰ ਅਕਾਲ ਪੁਰਖ 'ਤੇ ਪੂਰਨ ਭਰੋਸਾ। ਮੈਂ ਅੱਜ ਵੀ ਜਿਹੜੇ ਸਾਡੇ ਇੱਥੇ ਮੈਡੀਕਲ ਕੈਂਪ ਨੇ ਉਹਨਾਂ ਕੈਂਪਾਂ ਦੇ ਵਿੱਚ ਹੋ ਕੇ ਆਇਆ, ਪੁੱਛ ਕੇ ਆਇਆ ਵੀ ਦੱਸੋ ਇੱਥੇ ਕੋਈ ਤੁਹਾਡੇ ਕੋਲ ਕੋਈ ਖੰਘ ਬੁਖਾਰ ਵਾਲਾ ਕੋਈ ਆਦਮੀ ਆਇਆ ਹੋਵੇ। ਉਹ ਕਹਿੰਦੇ ਜੀ ਸਾਡੇ ਕੋਲ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਵੀ ਮਰੀਜ਼ ਜਿਹੜਾ ਉਹ ਨਹੀਂ ਆਇਆ, ਅਤੇ ਸਾਡੇ ਇੱਥੇ ਹਸਪਤਾਲ ਜਿਹੜੇ ਨੇ ਉਹ ਵੀ ਖਾਲੀ ਪਏ ਨੇ। ਸਾਨੂੰ ਭਰੋਸਾ ਗੁਰੂ 'ਤੇ ਕਿ ਇਸੇ ਤਰ੍ਹਾਂ ਖਾਲੀ ਹੀ ਹਸਪਤਾਲ ਰਹਿਣਗੇ, ਕਿਉਂਕਿ ਕਿਸੇ ਨੇ ਕੋਈ ਬਿਮਾਰੀ ਨਹੀਂ, ਕੋਈ ਇਹ ਤਕਲੀਫ ਹੀ ਨਹੀਂ, ਕਰੋਨਾ ਨਾਂ ਦੀ ਬਿਮਾਰੀ ਇੱਥੇ ਕਿਸਾਨਾਂ ਨੂੰ ਹੈ ਹੀ ਨਹੀਂ। ਪਰ ਜਿਹੜੀ ਇਹ ਪੰਜਾਬ ਸਰਕਾਰ ਬਦਨਾਮ ਕਰ ਰਹੀ ਆ, ਇਹ ਵੀ ਮੋਦੀ ਦੇ ਜਿਹੜੇ ਚੇਲੇ ਚਪਟੇ ਨੇ ਮਨੋਹਰ ਲਾਲ ਖੱਟਰ ਵਰਗੇ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਆ। ਸੋ ਪੰਜਾਬ ਸਰਕਾਰ ਨੂੰ ਇਹ ਇੱਕ ਚੇਤਾਵਨੀ ਹੈ ਕਿ ਤੁਸੀਂ ਕਿਸਾਨਾਂ ਨੂੰ ਬਦਨਾਮ ਕਰਨਾ ਜਿਹੜਾ ਛੱਡ ਦਿਓ। ਅੱਜ ਤੁਹਾਡੇ ਕੋਲ ਹਸਪਤਾਲਾਂ ਦੇ ਵਿੱਚ ਆਕਸੀਜਨ ਨਹੀਂ, ਤੁਹਾਡੇ ਬੈੱਡ ਨਹੀਂ, ਤੁਹਾਡੇ ਕੋਲ ਇਲਾਜ ਕਰਨ ਨੂੰ ਜਿਹੜੀਆਂ ਕੋਈ ਦਵਾਈਆਂ ਨਹੀਂ, ਅਤੇ ਤੁਸੀਂ ਕਿਸਾਨਾਂ ਦੇ ਮੋਰਚੇ ਨੂੰ ਬਦਨਾਮ ਕਰ ਰਹੇ ਹੋ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਤੁਸੀਂ ਕੀ ਕਰ ਰਹੇ ਹੋ, ਤੁਹਾਡੀ ਜ਼ਿੰਮੇਵਾਰੀ ਕੀ ਸੀ, ਅਤੇ ਤੁਹਾਡੀਆਂ ਕਰਤੂਤਾਂ ਕੀ ਨੇ, ਆਪਣੀਆਂ ਕਰਤੂਤਾਂ ਵੱਲ ਵੇਖੋ, ਆਪਣੇ ਆਪ ਵੱਲ ਵੇਖੋ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਕਿਸਾਨਾਂ ਨੂੰ ਬਦਨਾਮ ਮਤ ਕਰੋ, ਕਿਸਾਨ ਦ੍ਰਿੜ ਇਰਾਦੇ ਨਾਲ ਬੈਠੇ ਨੇ, ਅਤੇ ਇਸੇ ਤਰ੍ਹਾਂ ਜਿੰਨਾ ਚਿਰ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਇੰਨਾ ਚਿਰ ਬੈਠੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।